बरनाला दे पिंड कोटदूना विखे प्रसिद्ध स्टार पाना सिद्धू और उसके भरा के हक विच भारतीय किसान यूनियन एकता डकोदा दीआं जथेबंदियां उतरियां। इस मामले नूं लै के जथेबंदी दे मैंबर ने पाने सिद्धू दे घर विच एक विशेष तौर पर मीटिंग की। इस जथेबंदी वालों 1 जून नूं वड्डा संघर्ष किया जा सकता है। बरनाला तो हरप्रीत छन्ना की रिपोर्ट। ਜਿਵੇਂ ਜਾਤਵਾਦ ਦਾ ਕੋਈ ਨਹੀਂ ਮਸਲਾ ਕਰਿਆ, ਗੁਰੂ ਘਰ ਸਾਡੇ ਰਮਦਾਸ ਸਾਹਿਬ ਤੋਂ ਜਾਂਦਾ ਹਰ ਵਕਤ। ਹਾਂਜੀ, ਇਹੀ ਕਹਿੰਦੇ ਆ ਵੀ ਜਿਹੜੀਆਂ ਸਰਕਾਰਾਂ ਨੇ ਇਹ ਕੀਤੀ ਹੈਗੀ ਘਨੌਣੀ ਹਰਕਤ, ਵੀ ਇਹ ਇਨਸਾਫ਼ ਸਾਨੂੰ ਮਿਲਣਾ ਚਾਹੀਦਾ। ਸਾਡੇ ਸਾਰੇ ਪਿੰਡ ਵੱਲੋਂ ਇਹ ਬੇਨਤੀ ਹੈਗੀ, ਇਹ ਇਨਸਾਫ਼ ਸਾਨੂੰ ਮਿਲਣਾ ਚਾਹੀਦਾ ਵੀ ਸਾਡੇ ਨੌਜਵਾਨਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ। ਤੇ ਹੁਣ ਸਾਨੂੰ ਤੁਹਾਨੂੰ ਦੱਸਿਆ ਹੀ ਹੈਗਾ ਵੀ ਅੱਡੋ ਅੱਡੀ ਬੁਲਾਰੇ ਦੱਸ ਹੀ ਰਹੇ ਨੇਗੇ ਵੀ ਜਿਹੜਾ ਅਮਨ ਹੈਗਾ ਵੀ ਉਹਦੇ ਤਾਂ ਕੋਈ ਕਸੂਰ ਹੀ ਹੈ ਨਹੀਂ, ਵੀ ਉਹਦਾ ਕੋਈ ਕਸੂਰ ਨਹੀਂ ਹੈਗਾ, ਵੀ ਉਹਦੇ ਉੱਤੇ ਵੀ ਪਰਚਾ ਕੀਤਾ ਗਿਆ ਤੇ ਉਹਨੂੰ ਵੀ ਫੜਨ ਨੂੰ ਪੁਲਿਸ ਭੱਜੀ ਫਿਰਦੀ ਸੀਗੀ ਤੇ ਇੰਨੇ 5 ਜ਼ਿਲ੍ਹਿਆਂ ਦੀ ਪੁਲਿਸ ਲੱਗੀ ਹੋਈ ਸੀਗੀ ਧੋਨੀ ਨੂੰ ਫੜਨ ਵਾਸਤੇ, ਵੀ ਇਹੋ ਜਿਹਾ ਕੰਮ ਤਾਂ ਉਹਨੇ ਕੋਈ ਕੀਤਾ ਨਹੀਂ ਹੈਗਾ। ਕਿਉਂ ਅਸੀਂ ਪਿੰਡ ਵਾਲੇ ਸਾਨੂੰ ਪਤਾ ਹੀ ਹੈ ਹੁਣ ਸਾਡੇ ਵਿੱਚ ਹੀ ਰਹਿ ਜਾਂ ਸਾਡੇ ਵਿੱਚ ਹੀ ਉਹ ਆ, ਅਸੀਂ ਜਾਣਦੇ ਹਾਂ ਵੀ ਉਹ ਕੀ ਕਰ ਰਿਹਾ ਸੀ। ਪਰ ਵੀ ਇਹ ਸੋਚਣਾ ਚਾਹੀਦਾ ਸੀ ਸਰਕਾਰ ਨੂੰ, ਇਹੀ ਦੱਸਣਾ ਦੱਸਦੇ ਹਾਂ, ਇਹੀ ਕਹਿੰਦੇ ਹਾਂ, ਹੱਥ ਬੰਨ ਕੇ ਇਹੀ ਬੇਨਤੀ ਹੈ ਸਰਕਾਰ ਨੂੰ, ਗੁਹਾਰ ਲਾਈ ਜਾਂਦੀ ਹੈ ਵੀ ਇਹ ਇਨਸਾਫ਼ ਮਿਲਣਾ ਚਾਹੀਦਾ, ਵੀ ਜਿਹੜੀ ਨੌਜਵਾਨੀ ਹੈਗੀ ਵੀ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ ਹੈ ਜਾਂ ਇਹਨਾਂ ਨੂੰ ਨਸ਼ੇ ਦੇ ਪਰਚੇ ਪਾਏ ਜਾਂਦੇ ਜਾਂ ਨਸ਼ੇ ਦੇ ਵਿੱਚ ਇਹਨਾਂ ਨੂੰ ਦੱਸਿਆ ਜਾਂਦਾ ਵੀ ਇਹ ਨਸ਼ਾ ਕਰਦੇ ਸੀਗੇ ਤਾਂ ਇਹ ਹੋਏ ਗਏ ਜਾਂ ਬੁਲਾਇਆ ਜਾਂਦਾ ਇਹਨਾਂ ਨੂੰ। ਪਰ ਮੈਂ ਇਹ ਦੱਸਣਾ ਚਾਹੁੰਦੀ ਹਾਂ ਇਹਨਾਂ ਸਰਕਾਰਾਂ ਨੂੰ ਵੀ ਜਿਹੜੀ ਨੌਜਵਾਨੀ ਹੈਗੀ ਇਹਨੂੰ ਇਸ ਤਰ੍ਹਾਂ ਨਾ ਕਰੋ, ਕਿਉਂ ਜੇ ਇਸ ਤਰ੍ਹਾਂ ਇਹ ਨੌਜਵਾਨੀ ਦੇ ਉੱਤੇ ਕਰਦੇ ਰਹੇ ਤਾਂ ਨੌਜਵਾਨਾਂ ਨੇ ਇੱਥੇ ਰਹਿਣਾ, ਸਾਰੇ ਨੌਜਵਾਨ ਨੇ ਜਿਹੜੇ ਉਹ ਬਾਹਰ ਚਲੇ ਜਾਣਗੇ ਤੇ ਇੱਥੇ ਕੋਈ ਸਰਕਾਰਾਂ ਨੂੰ ਮੁੱਦੇ ਠਾਉਣ ਵਾਲਾ ਕੋਈ ਰਹਿਣਾ ਨਹੀਂ, ਤੇ ਸਰਕਾਰਾਂ ਨੇ ਜਿਹੜੇ ਹੱਕ ਨੇ ਸਾਨੂੰ ਉਹ ਦੇਣੇ ਨਹੀਂ ਹੈਗੇ। ਜਿੰਨਾ ਚਿਰ ਕੋਈ ਅਸੀਂ ਬੋਲਦੇ ਨਹੀਂ ਉੱਠ ਕੇ, ਅਸੀਂ ਸਰਕਾਰਾਂ ਦੇ ਨਾਲ ਲੜਨਦੇ ਨਹੀਂ ਹੈਗੇ, ਲੜਦੇ ਨਹੀਂ ਅਸੀਂ, ਉਹਨਾਂ ਚਿਰ ਸਾਨੂੰ ਹੱਕ ਵੀ ਮਿਲਦੇ ਨਹੀਂ ਹੈਗੇ। ਹੱਕ ਸਾਨੂੰ ਲੜਕੀ ਲੈਣੇ ਪੈਣਗੇ, ਕਿਉਂ ਜਿਵੇਂ ਅਸੀਂ ਦਿੱਲੀ ਦੇ ਵਿੱਚ ਇੰਨਾ ਲੰਬਾ ਸੰਘਰਸ਼ ਲੜ ਕੇ ਆਏ ਹਾਂ, ਉਦੋਂ ਸਾਡੇ ਜਿਹੜੇ ਹੱਕ ਸੀਗੇ ਅਸੀਂ ਸਰਕਾਰਾਂ ਦੇ ਨਾਲ ਮੱਥਾ ਲਾਇਆ ਸੀਗਾ, ਸੈਂਟਰ ਸਰਕਾਰ ਦੇ ਨਾਲ ਫਿਰ ਸਾਡੇ ਹੱਕ ਮਿਲੇ ਨੇ ਜੇ ਅਸੀਂ ਬੋਲੇ ਹਾਂ, ਜੇ ਅਸੀਂ ਘਰਾਂ ਦੇ ਵਿੱਚ ਦਬ ਕੇ ਬਹਿ ਜਾਂਦੇ ਪਰ ਉਹਨਾਂ ਸਰਕਾਰਾਂ ਨੇ ਸਾਨੂੰ ਕੋਈ ਹੱਕ ਨਹੀਂ ਸੀ ਦੇਣੇ। ਜੇ ਅੱਜ ਅਸੀਂ ਨੌਜਵਾਨੀ ਪਿੱਛੇ ਬੋਲਦੇ ਨਹੀਂ ਹੈਗੇ, ਘਰਾਂ ਦੇ ਵਿੱਚ ਚੁੱਪ ਕਰਕੇ ਬਹਿੰਦੇ ਹਾਂ ਵੀ ਸਾਡੇ ਤੇ ਪਰਚਾ ਨਾ ਹੋ ਜੇ ਜਾਂ ਸਾਡੇ ਉੱਤੇ ਆਏ ਨਾ ਹੋ ਜੇ, ਵੀ ਸਾਨੂੰ ਬੋਲਣਾ ਚਾਹੀਦਾ, ਅਸੀਂ ਘਰਾਂ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਵੀ ਜਿਹੜੀ ਸਾਡੀ ਨੌਜਵਾਨੀ ਦੇ ਉੱਤੇ ਧੱਕਾ ਹੋ ਰਿਹਾ ਹੈ। ਵੱਧ ਇਹ ਇਕੱਲੇ ਬਹਾਨੇ ਤੇ ਨਹੀਂ, ਇਹ ਜਿੰਨੇ ਵੀ ਨੌਜਵਾਨ ਜਿੰਨੇ ਵੀ ਬੋਲਦੇ ਨੇ ਇਹ ਸਾਰਿਆਂ ਦੇ ਉੱਤੇ ਧੱਕਾ ਹੋ ਰਿਹਾ ਹੈ, ਵੀ ਸਾਰਿਆਂ ਦੇ ਨਾਲ ਹੀ ਇਹ ਧੱਕਾ ਜਿਹੜੀਆਂ ਸਰਕਾਰਾਂ ਨੇ ਕਰ ਰਹੀਆਂ ਨੇਗੀਆਂ, ਵੀ ਸਾਨੂੰ ਇਹ ਇਨਸਾਫ਼ ਲੈਣ ਵਾਸਤੇ ਜਾਂ ਸਾਨੂੰ ਕੋਈ ਵੀ ਕੁਛ ਵੀ ਕਰਨਾ ਪਵੇ ਪਰ ਅਸੀਂ ਜਿੱਥੇ ਤਿੱਕਰ ਹੋਇਆ ਵੀ ਅਸੀਂ ਲੜਾਂਗੇ ਤੇ ਸੰਘਰਸ਼ ਤਿੱਖਾ ਵੀ ਕਰਾਂਗੇ, ਅਸੀਂ ਲੜਾਂਗੇ ਇਹਨਾਂ ਸਰਕਾਰਾਂ ਦੇ ਨਾਲ ਤੇ ਅਸੀਂ ਇਨਸਾਫ਼ ਲੈਣਾ, ਤੇ ਜਿਹੜੇ ਇਹਨਾਂ ਦੇ ਉੱਤੇ ਝੂਠੇ ਪਰਚੇ ਜਾਂ ਇਹਨਾਂ ਦੇ ਉੱਤੇ ਝੂਠੇ ਮੁਕੱਦਮੇ ਦਰਜ ਕੀਤੇ ਗਏ ਨੇ ਉਹਨਾਂ ਨੂੰ ਅਸੀਂ ਇਹ ਸਰਕਾਰ ਨੂੰ ਬੇਨਤੀ ਕਰਦੇ ਹਾਂ ਜਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਉਹਨਾਂ ਦਾ ਇਨਸਾਫ਼ ਮਿਲਣਾ ਚਾਹੀਦਾ, ਵੀ ਇਹ ਜਿਹੜੇ ਝੂਠੇ ਪਰਚੇ ਨੇ ਨਹੀਂ ਪੈਣੇ ਚਾਹੀਦੇ, ਕਿਸੇ ਨੌਜਵਾਨ ਤੇ ਵੀ ਨਹੀਂ ਪੈਣੇ ਚਾਹੀਦੇ, ਸਾਰੇ ਨੌਜਵਾਨਾਂ ਨੂੰ ਉਹ ਕਰਨਾ ਚਾਹੀਦਾ ਤੇ ਜਿਹੜੇ ਹੱਕਾਂ ਦੀਆਂ ਗੱਲਾਂ ਤੇ ਲੜਦੇ ਨੇ ਜਾਂ ਹੱਕਾਂ ਲਈ ਲੜਦੇ ਨੇ ਜਾਂ ਕਿਤੇ ਵੀ ਮੋਰਚਾ ਲੱਗਦਾ, ਹਰੇਕ ਮੋਰਚੇ ਦੇ ਉੱਤੇ ਭਾਣਾ ਜਾਂਦਾ, ਹਰੇਕ ਮੋਰਚੇ ਦੇ ਵਿੱਚ ਬੋਲਦਾ, ਹਰੇਕ ਜਥੇਬੰਦੀ ਦੇ ਨਾਲ ਖੜਦਾ, ਇਹ ਨਹੀਂ ਹੈਗਾ ਵੀ ਇੱਕ ਜਥੇਬੰਦੀ ਜਾਂ ਗਰਾਹਾਂ ਨਹੀਂ ਖੜ ਗਏ ਜਾਂ। ਸਤਿ ਸ੍ਰੀ ਅਕਾਲ ਮਹਿਤਾ, ਮੀਤ ਪ੍ਰਧਾਨ ਵੀ ਕਜੀ ਇੱਕ ਦਾ ਟਕੋਂਦਾ ਜ਼ਿਲ੍ਹਾ ਬਰਨਾਲਾ। ਪ੍ਰਧਾਨ ਜੀ, ਅੱਜ ਕੋਟਕੁੰਨੇ ਦੇ ਵਿੱਚ ਆਏ ਹਾਂ, ਮੀਟਿੰਗ ਰੱਖੀ ਗਈ ਹੈ, ਕੀ ਕਹਿਣਾ ਚਾਹੁੰਦੇ? ਅਸੀਂ ਅੱਜ ਇੱਕ ਹਮਦਰਦੀ ਦੇ ਤੌਰ ਤੇ ਪਿੰਡਾਂ ਤੇ ਪਰਿਵਾਰ ਨਾਲ ਗੱਲਬਾਤ ਪੂਰਾ ਪਤਾ ਪੜਤਾਲ ਕਰਨ ਵਾਸਤੇ ਪਹੁੰਚੇ ਹਾਂ, ਕਿਉਂਕਿ ਸਾਨੂੰ ਪਤਾ ਲੱਗਿਆ ਵੀ ਭਾਨੇ ਸਿੱਧੂ ਦੀ ਜਿਹੜੀ ਵੀਡੀਓ ਪਈ ਵੀ ਆ ਉਹ ਵੀਡੀਓ ਦੇ ਵਿੱਚ ਕੁਛ ਵੀ ਗਲਤ ਨਹੀਂ ਹੈਗਾ, ਤੇ ਚਲੋ ਜੇ ਭਾਨੇ ਨੇ ਗਲਤ ਬੋਲਿਆ ਉਹ ਜੇ ਜਿਹੜੀ ਜਿਹੀ ਜਾਇਜ਼ ਕਾਰਵਾਈ ਬਣ ਗਈ ਉਹ ਤਾਂ ਕਰਨੀ ਬਣਦੀ ਹੋਊਗੀ, ਪਰ ਉਹਦੇ ਭਰਾ ਨੇ ਕੀ ਕੀਤਾ ਗਾ? ਇਹ ਸਰਕਾਰਾਂ ਜਿਹੜਾ ਵੀ ਉਹਨਾਂ ਦੇ ਵਿਰੁੱਧ ਬੋਲਦਾ ਉਹਨਾਂ ਨੂੰ ਦਬਾਉਣ ਦੀ ਖਾਤਰ ਪਰਚੇ ਦਰਜ ਕਰਦੀਆਂ ਨੇ, ਕਿਉਂਕਿ ਸਾਡੇ ਤੇ ਵੀ 18-18 ਪਰਚੇ ਨੇ ਤੇ ਦਬਾਉਣਾ ਸਾਨੂੰ ਵੀ ਚਾਹੁੰਦੀਆਂ ਨੇ, ਪਰ ਲੋਕਾਂ ਦੀ ਤਾਕਤ ਦਾ ਕਰਕੇ ਸਾਡੀ ਅਰੈਸਟ ਨਹੀਂ ਪਾ ਸਕਦੇ। ਇਸ ਲਈ ਮੈਂ ਤਾਂ ਇਹੀ ਕਹੂੰਗਾ ਵੀ ਪਰਚੇ ਇਨਸਾਨੀਅਤ ਤੌਰ ਤੇ ਪੈਂਦੀ ਨੇ ਸਰਕਾਰਾਂ ਦਾ ਕੰਮ ਆ, ਕਿਉਂਕਿ ਨਲਾਇਕ ਬੰਦੇ ਜੋ ਸਰਕਾਰ ਚੁਣਦੇ ਸੀ ਉਸ ਸਮੇਂ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਸ ਬੀਵੇ ਤੇ ਝਾੜੂ ਝਾੜੂ ਹੋ ਗਈ ਸੀ ਤੇ ਅੱਜ ਝਾੜੂ ਨੇ ਕਿੱਧਰ ਨੂੰ ਲੈ ਗਈ ਝਾੜੂ, ਸਾਡੀ ਨੌਜਵਾਨੀ ਨੂੰ ਖਤਮ ਕਰਨ ਤੇ ਤੁਲ ਪਈ। ਜਿਹੜਾ ਵੀ ਨੌਜਵਾਨ ਆ ਸਾਡੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰਦਾ ਜਾਂ ਨਸ਼ੇ ਤੋਂ ਦੂਰ ਕਰਨ ਦੀ ਗੱਲ ਕਰਦਾ, ਚਾਹੇ ਉਹ ਅੰਮ੍ਰਿਤਪਾਲ ਤੇ ਜਿਹਨੂੰ ਦੇਸ਼ ਧਰੋਹੜਾ ਪਰਚਾ ਦੇ ਕੇ ਉਹ ਟਿੱਬਰੂਗੜ੍ਹ ਦੀ ਜੇਲ੍ਹ 'ਚ ਭੇਜਤਾ ਤੇ ਉਹਨਾਂ ਨੇ ਕਿਹੜੇ ਗੁਨਾਹ ਕੀਤਾ ਸੀ? ਜੇ ਉਹਦੀ ਮਤਲਬ ਟੱਕਰ ਹੋਈ ਦੀ ਪੁਲਿਸ ਨਾਲ ਜਲੰਧਰ ਦੇ ਵਿੱਚ ਤਾਂ ਉਹਦੇ ਤੇ ਉਹੀ ਕਾਰਵਾਈ ਬਣ ਕੇ ਕਰਕੇ ਉਹਨੂੰ ਪੰਜਾਬ ਦੀ ਕਹੇ ਜੇਲ੍ਹ ਨਹੀਂ ਹੈਗੀ ਵੀ ਜਿਹੜੀ ਜਿੱਥੇ ਰੱਖਿਆ ਨਹੀਂ ਜਾ ਸਕਦਾ। ਇਸ ਕਰਕੇ ਮੈਂ ਸਿੱਧਾ ਇਹੀ ਸਰਕਾਰ ਨੂੰ ਸਾਡੀ ਚੇਤਾਵਨੀ ਆ ਵੀ 1 ਤਰੀਕ ਨੂੰ ਸਾਡਾ ਪੰਜਾਬ ਦੀ ਮੀਟਿੰਗ ਆ, ਉਹਦੇ ਵਿੱਚ ਅਸੀਂ ਕੋਈ ਪ੍ਰੋਗਰਾਮ ਉਲੀਕਾਂਗੇ ਤੇ ਸਰਕਾਰ ਨੂੰ
इस परचे रद्द करने लई मजबूर करांगे। यही साडी सरकार नूं कोई मेहनत नहीं तरला नहीं ताड़ना गी भी कंध ते लिखिया पढ़ ला भी जथेबंदी कहड़ी ना पंगा लैण जा रहे हां कौन हो तुसीं ते इस तों बाद नानके चेते करा देंगे। धन्नवाद जी। बरनाले जिले दे आगू उस भाने सिद्धू दे घरे आए हां क्योंकि जिहड़े परचे दर्ज कीते आ भाने सिद्धू ते इह असीं कहिंदे आ भी पंजाब सरकार ने बदला लो भावना जी क्योंकि जे कोई काम करदा गा कोई भी काम करदा तो फर्क रह जांदा हुंदा असीं इस गल मानदे हां पर यह नहीं है भी वो परचे दर्ज करो तो उन्होंने अंदर जेलों के छिटो जोड़े परचे दर्ज किए हैं निखेधी करते हैं तो असी दोनों जिले के आगू इतने पहुंचे हुए हैं परिवार के नाल परिवार को हौसला देने के वास्ते तो नाल ही असी कह रहे हैं एस एस पी मिलने का प्रोग्राम बना लिया बरनाले को तो नहीं फिर एक तरीक पंजाब की मीटिंग है पंजाब की मीटिंग से लोगों नाल लेके जोड़े नौजवान के परचे पाते हैं पुलिस उन्होंने खिलाफ संघर्ष बढ़ने लिए मजबूर होवे क्योंकि जिहड़ा भी कोई सरकार के खिलाफ बोलता गा सरकार दे वो गल हाजमे नहीं आती इस करके पंजाब दे विच कुछ जो नौजवान लोग है नशे उत्ते लाए हुए है जे कोई नशे तो हटाने की गल करता तो उहदे ते पुलिस दीआं धाड़ां बज्जियां जांदियां जांदियां ने भावें अमृतपाल की गल होवे अमृतपाल ने लोगों नूं सेध दित्ती जे अमृतपाल ने कोई फर्क रह गया काम करदे तो थाने दे उत्ते कब्जा किया तो अमृतपाल नूं बुला के उत्ते बनदी कारवाई की जे किसी थानेदार नाल इहदी बहस हो गई सीगी थानेदार तो यह पंजाब के ने दोनों असीं उन्हां नूं भी बेनती करते हैं थानेदार वल्लों भी पंजाब के लोग आड़ी केंद्र नाल लड़ाई है जे बहस हो गई सी तां एड्डी वड्डी गल नहीं सी भी चार पाँच धारा लाओ तो नाल उन्हां दे परिवार का जिहड़ा घरे बच्चा पढ़ता रहा गा कदे बाहर नहीं गया उहदे लई परचे दर्ज कर दो उहदे असीं ये जाबर के खिलाफ जुल्म के खिलाफ अज इस पिंड दे विच वीके जू लकौंदा वल्लों आए हैं तो असीं सरकार नूं चेतावनी दिंदे आ भी जिहड़े वोटां तों पहलां वादे कीते आ लोकां दे नाल उह पूरे कर नहीं लोग एवें जुकरी वीडियो बनाउणगे एवें जुकरी छोटा जिहड़ा चोरा चेहरा मोहरा सत्तां दे विच नंगा करनगे परचे पायां तो लोग नहीं दवाउंदे जिहड़ियां मंगां कह के लोगों नाल वादे करके सरकार बनाई उह पूरियां तां सरकार जदों ये आई नहीं सत्ता दे विच उदों जदों पिछलियां सरकारां चैनल खरीददियां जी चैनलां दे उत्ते वादा करदियां जी चैनलां दे खिलाफ रौला पाउंदे उदों इहने बड़ा रौला पाया भी चैनल खरीदे गए जी वह हो गया पर सारियां जिहड़ियां पिछलियां सरकारां काम करदियां सीगियां जिहड़ियां पिछलियां सरकारां ने लोगों नूं दवाया उही सारा अजे उदों दो कर्म वध के सरकार करदी है चैनल खरीदण दी गल होवे चाहे कोई होर जिहड़े पंजाब दीआं कोई सांझियां जगह पईआं ने स्कूल होणगे साडे हस्पताल होणगे होर सांझियां जगह उह सारियां दे उत्ते इहदा जिहड़ा कहाड़ा तेज़ कीता होया गा इहदी असीं पूरजोर निखेधी करदे हां ते आउण वाले दिनां दे विच असीं इस दे खिलाफ संघर्ष कढ़न नूं वी मजबूर होवांगे।